ਜਿਹੜੇ ਲੋਕ ਅਸੀਂ ਚੁਣ ਕੇ ਭੇਜਿਆ ਉਹ ਅਸੀਂ ਜਿਹੀਆਂ ਹਰਕਤਾਂ ਕਰਦੇ ਹਾਂ ਵਿਧਾਨ ਸਭਾ ਦੇ ਵਿੱਚ ਅਤੇ ਜਿਹੀ ਜੀ ਤੂੰ ਤੂੰ ਮੈਂ ਹੋਈ ਹੈ ਉਹ ਸਾਨੂੰ ਤਾਂ ਸਾਰਿਆਂ ਨੂੰ ਸ਼ਰਮ ਆਉਂਦੀ ਹੈ। ਮੁੱਖ ਮੰਤਰੀ ਸਾਹਿਬ ਵੱਲੋਂ ਵੀ ਸ਼ਬਦਾਵਲੀ ਮਾੜੀ ਵਰਤੀ ਗਈ ਅਤੇ ਕੁਛ ਜਿਹੜੇ ਵਿਰੋਧੀ ਧਿਰ ਵਾਲਿਆਂ ਵੱਲੋਂ ਵੀ ਪਹਿਲਾਂ ਜਿਹੜੇ ਨੇ ਚਰਚਾ ਕਰਦੇ ਹੋਏ ਬਾਹਲੇ ਵਧੀਆ ਸ਼ਬਦ ਨਹੀਂ ਵਰਤੇ ਗਏ। ਚਾਹੇ ਮੈਂ ਸਮਝਦਾ ਐਮ ਐਲ ਏ ਕੁਛ ਬੋਲੇ ਜਾਂ ਕੋਈ ਮੰਤਰੀ ਕੁਛ ਬੋਲੇ ਉਹ ਗੱਲ ਦੀ ਉਨੇ ਮਾਇਨੇ ਨਹੀਂ ਜੋ ਮੁੱਖ ਮੰਤਰੀ ਦੇ ਜ਼ਬਾਨ ਚੋਂ ਕਹੀ ਗੱਲ ਦੇ ਇੱਕ ਅਹਿਮੀਅਤ ਹੈ। ਸੋ ਉਹਨਾਂ ਨੂੰ ਇਹ ਗਲਤੀ ਸੀ ਐਮ ਸਾਹਿਬ ਨੂੰ ਮੰਨਣੀ ਚਾਹੀਦੀ ਸੀ ਪਰ ਉਹਨੇ ਨਹੀਂ ਮੰਨੀ। ਕੈਪਟਨ ਸਾਹਿਬ ਤਾਂ ਕਈ ਮੁੱਦਿਆਂ 'ਤੇ ਜਿਹੜਾ ਹੈ ਬਿਨਾਂ ਸੋਚੇ ਸਮਝੇ ਬੀਜੇਪੀ ਦੀ ਗੱਲ ਕਰਦੇ ਨੇ। ਉਹਨਾਂ ਨੂੰ ਜਿਹੜਾ ਸਿਰਫ ਜੋ ਮੌਜੂਦਾ ਸਰਕਾਰ ਦਾ ਵਿਰੋਧ ਕਰਨ ਲਈ ਐਸਾ ਵਿਰੋਧ ਨਹੀਂ ਕਰਨਾ ਚਾਹੀਦਾ। ਕੇਂਦਰ ਕੋਈ ਹਮਦਰਦੀ ਪੁਰ ਕੇ ਵਿਚਾਰ ਕਰੇਗੀ ਜਾਂ ਪੰਜਾਬ ਨੂੰ ਕੋਈ ਹੱਕ ਦੇਗੀ? ਹੁਣ ਤੱਕ ਤਾਂ ਉਹਨਾਂ ਨੇ ਪੰਜਾਬ ਦੀ ਕਦੇ ਗੱਲ ਸੁਣੀ ਨਹੀਂ। ਇਸ ਮੁੱਦੇ 'ਤੇ ਕੀ ਆਸ ਸਕਦੇ ਹਾਂ ਉਹਨਾਂ? ਦੁੱਖ ਦੀ ਗੱਲ ਹੈ ਵੀ ਜਿਹੀ ਜਿਹੀ ਸ਼ਬਦਾਵਲੀ ਵਰਤੀ ਗਈ ਅਤੇ ਜੋ ਰਵੱਈਆ ਸੀ ਉੱਥੇ ਜੋ ਲੀਡਰਸ਼ਿਪ ਦਾ ਉਹ ਬੜਾ ਮੰਦਭਾਗ ਹੈ ਅਤੇ ਪੰਜਾਬ ਦੇ ਲੋਕਾਂ ਲਈ ਵੀ ਦੇਖ ਕੇ ਮੈਂ ਸਮਝਦਾ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਅਤੇ ਦੁੱਖ ਹੁੰਦਾ ਵੀ ਜਿਹੜੇ ਲੋਕ ਅਸੀਂ ਚੁਣ ਕੇ ਭੇਜਿਆ ਉਹ ਅਸੀਂ ਜਿਹੀਆਂ ਹਰਕਤਾਂ ਕਰਦੇ ਹਾਂ ਵਿਧਾਨ ਸਭਾ ਦੇ ਵਿੱਚ ਅਤੇ ਜਿਹੀ ਜੀ ਤੂੰ ਤੂੰ ਮੈਂ ਹੋਈ ਹੈ ਉਹ ਸਾਨੂੰ ਤਾਂ ਸਾਰਿਆਂ ਨੂੰ ਸ਼ਰਮ ਆਉਂਦੀ ਹੈ ਦੇਖ ਕੇ। ਸਰ ਤੁਸੀਂ ਸਵੇਰੇ ਚਿੱਠੀ ਜਿਹੜੀ ਕਿ ਲਿਖੀ ਗਈ ਸੀ ਪ੍ਰਧਾਨ ਮੰਤਰੀ ਨੂੰ ਜਾਂ ਗ੍ਰਹਿ ਮੰਤਰੀ ਨੂੰ ਜਿਹੜੀ ਕਿ ਇਹ ਮੁੱਖ ਮੰਤਰੀ ਵੱਲੋਂ ਲਿਖੀ ਗਈ ਸੀ ਉਹਦੀ ਮੰਗ ਕੀਤੀ ਸੀ ਕਿ ਉਹ ਜਨਤਕ ਕੀਤੀ ਜਾਵੇ ਤਾਂ ਉਹਦਾ ਕੀ ਜਵਾਬ ਹੈ? ਦੇਖੋ ਉਹਦਾ ਕੋਈ ਜਵਾਬ ਨਹੀਂ ਦਿੱਤਾ। ਮੈਂ ਤਾਂ ਇਹੀ ਕਿਹਾ ਸੀ ਕਿ ਵੀ ਜਦ ਡਿਸਕਸ਼ਨ ਹੋਈ ਬੀ ਐਸ ਐਫ ਦਾ ਏਰੀਆ ਵਧਾਉਣ ਵਾਸਤੇ 15 ਤੋਂ 50 ਕਿਲੋਮੀਟਰ ਕੀਤਾ ਗਿਆ, ਮੈਂ ਚੰਨੀ ਸਾਹਿਬ ਨੂੰ ਇਹੀ ਕਿਹਾ ਸੀ ਵੀ ਤੁਸੀਂ ਦੱਸੋ ਵੀ ਜਿਹੜਾ ਤੁਸੀਂ ਹੋਮ ਮਿਨਿਸਟਰ ਨੂੰ ਮਿਲ ਕੇ ਆਏ ਹੋ ਉੱਥੇ ਜਿਹੜੀ ਤੁਸੀਂ ਚਿੱਠੀ ਲਿਖੀ ਆ ਉਹ 'ਚ ਕੀ ਲਿਖਿਆ? ਕਿਤੇ ਇੱਦਾਂ ਨਹੀਂ ਵੀ ਤੁਸੀਂ ਕਿਤੇ ਉਹਨਾਂ ਤੋਂ ਮੰਗ ਲਿਆ ਵੀ ਜੀ ਜਿਹੜੀ ਹੈ ਬੀ ਐਸ ਐਫ ਨੂੰ ਮਜ਼ਬੂਤ ਕਰੋ ਜਾਂ ਸਾਡੇ ਇੱਥੇ ਬਾਹਰੋਂ ਨਸ਼ੇ ਆ ਰਹੇ ਨੇ ਅਤੇ ਤੁਹਾਡੀ ਚਿੱਠੀ ਦਾ ਆੜ ਲੈ ਕੇ ਉਹਨਾਂ ਨੇ ਇਹ ਵਧਾਇਆ ਹੋਵੇ? ਅਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਨਾ ਹੀ ਉਹ ਚਿੱਠੀ ਜਨਤਕ ਕਰਨ ਦੀ ਗੱਲ ਕੀਤੀ ਹੈ। ਅਤੇ ਮੈਨੂੰ ਲੱਗਦਾ ਸਰਕਾਰ ਬਹੁਤੀਆਂ ਜਿਹੜੀਆਂ ਗੱਲਾਂ ਦੇ ਜਵਾਬ ਦੇਣ ਤੋਂ ਭੱਜੀ ਹੈ, ਕਿਸੇ ਵੀ ਗੱਲ ਦਾ ਜਿਹੜਾ ਉਹਨਾਂ ਨੇ ਜਵਾਬ ਨਹੀਂ ਦਿੱਤਾ। ਫਿਰ ਮੈਂ ਰੰਧਾਵਾ ਸਾਹਿਬ ਤੋਂ ਪੁੱਛਿਆ ਸੀਗਾ ਵੀ ਜਿਹੜਾ ਇਹ ਏਰੀਆ ਵਧਾਇਆ ਇਹਦਾ ਕੀ ਜਿਹੜਾ ਹੈ ਇਹਦੇ ਅਸਲ ਸਿੱਟੇ ਕੀ ਨੇ ਅਤੇ ਕਿੰਨਾ ਅਧਿਕਾਰ ਹੈ ਬੀ ਐਸ ਐਫ ਕੋਲ, ਬੀ ਐਸ ਐਫ ਕੀ ਕੁਛ ਕਾਰਵਾਈ ਕਰ ਸਕਦੀ ਹੈ? ਅਤੇ ਉਹਦਾ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਾਨੂੰ। ਉਹਦਾ ਸਿਰਫ ਆਪਦੀ ਗੱਲ ਕਰਨ ਵਾਸਤੇ ਸਰਕਾਰ ਆਈ ਸੀ, ਨਾ ਤਾਂ ਉਹਨੇ ਐਮ ਐਲ ਏ ਦੀ ਕੋਈ ਗੱਲ ਸੁਣੀ ਅਤੇ ਨਾ ਹੀ ਉਹਦਾ ਕੋਈ ਜਵਾਬ ਦਿੱਤਾ। ਅਕਾਲੀ ਵਿਧਾਇਕਾਂ ਦੀ ਚਰਚਾ ਨਹੀਂ ਹੋਈ, ਕਿਸ ਤਰ੍ਹਾਂ ਵੇਖਦੇ ਹੋ ਕਿ ਬੀ ਐਸ ਐਫ ਦੇ ਮੁੱਦੇ 'ਤੇ ਚਰਚਾ ਹੋਣੀ ਚਾਹੀਦੀ ਸੀ ਕਿਉਂਕਿ ਵੱਖ ਵੱਖ ਪਾਰਟੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਚਰਚਾ ਕੀਤੀ ਜਾਵੇ, ਪਰ ਸਰਕਾਰ ਕਹਿ ਰਹੀ ਹੈ ਕਿ ਆਲ ਪਾਰਟੀ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਇਸ 'ਤੇ ਜਿਹੜਾ ਕਿ ਨਿੰਦਿਆ ਪ੍ਰਸਤਾਵ ਲਿਆਂਦਾ ਜਾਵੇ? ਕੀ ਲੱਗਦਾ ਹੁਣ ਬੀ ਐਸ ਐਫ ਦਾ ਜਿਹੜਾ ਕਿ 50 ਕਿਲੋਮੀਟਰ ਦਾ ਦਾਇਰਾ ਵਧਾਇਆ ਗਿਆ ਉਹ ਘਟੂਗਾ? ਨਹੀਂ ਦੇਖੋ, ਸਾਡੀ ਸਾਰੇ ਹਾਊਸ ਦੀ ਇਸ ਗੱਲ 'ਤੇ ਸਹਿਮਤੀ ਸੀ ਵੀ ਜੋ ਵੀ ਇਹੋ ਜਿਹੇ ਫੈਸਲੇ ਕੇਂਦਰ ਸਰਕਾਰ ਲੈ ਰਹੀ ਹੈ ਉਹ ਲੋਕਤੰਤਰ ਦੇ ਉਲਟ ਨੇ, ਜਿਹੜਾ ਫੈਡਰਲ ਢਾਂਚਾ ਸਾਡੇ ਦੇਸ਼ ਦਾ ਉਹਦੇ ਉਲਟ ਨੇ, ਉਹਦੀ ਉਹਦੀ ਇੱਕ ਜਿਹੜੀ ਉਹਦੀ ਸੋਲ ਹੈ ਉਹਦੇ ਉਲਟ ਨੇ ਉਹ। ਅਤੇ ਇਹੋ ਜਿਹੇ ਸੂਬਿਆਂ ਦੀ ਸਲਾਹ ਤੋਂ ਬਿਨਾਂ ਸਰਕਾਰ ਨੂੰ ਇਹੋ ਜਿਹੇ ਕਦਮ ਨਹੀਂ ਚੱਕਣੇ ਚਾਹੀਦੇ, ਪਰ ਸਾਡਾ ਤਾਂ ਇੱਕ ਰੈਜ਼ੋਲਿਊਸ਼ਨ ਹੀ ਅੱਜ ਪਾਇਆ ਹੈਗਾ, ਉਹ ਰੈਜ਼ੋਲਿਊਸ਼ਨ ਭੇਜ ਕੇ ਕੇਂਦਰ ਨੂੰ ਜਿਹੜਾ ਜਾਏਗਾ, ਦੇਖਦੇ ਹਾਂ ਕੇਂਦਰ ਉਹਦੇ 'ਤੇ ਕੀ ਕਾਰਵਾਈ ਕਰਦੀ ਹੈ। ਪਰ ਸਾਨੂੰ ਕੋਈ ਆਸ ਨਹੀਂ ਵੀ ਕੇਂਦਰ ਕੋਈ ਹਮਦਰਦੀ ਪੁਰ ਕੇ ਵਿਚਾਰ ਕਰੇਗੀ ਜਾਂ ਪੰਜਾਬ ਨੂੰ ਕੋਈ ਹੱਕ ਦੇਗੀ। ਹੁਣ ਤੱਕ ਤਾਂ ਉਹਨਾਂ ਨੇ ਪੰਜਾਬ ਦੀ ਕਦੇ ਗੱਲ ਸੁਣੀ ਨਹੀਂ, ਇਸ ਮੁੱਦੇ 'ਤੇ ਕੀ ਆਸ ਰੱਖ ਸਕਦੇ ਹਾਂ ਉਹਨਾਂ ਤੋਂ? ਪਰ ਕੈਪਟਨ ਮਨਿੰਦਰ ਸਿੰਘ ਬੀ ਐਸ ਐਫ ਦੇ ਮੁੱਦੇ 'ਤੇ ਹੱਕ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਨੇ। ਦੇਖੋ ਕੈਪਟਨ ਸਾਹਿਬ ਤਾਂ ਕਈ ਮੁੱਦਿਆਂ 'ਤੇ ਜਿਹੜਾ ਹੈ ਬਿਨਾਂ ਸੋਚੇ ਸਮਝੇ ਬੀਜੇਪੀ ਦੀ ਗੱਲ ਕਰਦੇ ਨੇ, ਉਹਨੂੰ ਨਹੀਂ ਕਰਨੀ ਚਾਹੀਦੀ। ਪੰਜਾਬ ਨੇ ਉਹਨਾਂ ਨੂੰ ਐਡਾ ਵੱਡਾ ਮਾਣ ਦਿੱਤਾ ਹੈ, ਉਹ 2 ਵਾਰੀ ਮੁੱਖ ਮੰਤਰੀ ਰਹੇ ਨੇ ਅਤੇ ਉਹਨਾਂ ਨੂੰ ਜਿਹੜਾ ਸਿਰਫ ਜੋ ਮੌਜੂਦਾ ਸਰਕਾਰ ਦਾ ਵਿਰੋਧ ਕਰਨ ਲਈ ਐਸਾ ਵਿਰੋਧ ਨਹੀਂ ਕਰਨਾ ਚਾਹੀਦਾ, ਮੇਰਾ ਤਾਂ ਮੰਨਣਾ ਇਹੀ ਹੈ। ਅਕਾਲੀ ਵਿਧਾਇਕਾਂ ਨੂੰ ਜਿਸ ਤਰੀਕੇ ਨਾਲ ਬਾਹਰ ਕੱਢਿਆ ਗਿਆ ਤੁਹਾਨੂੰ ਕੀ ਲੱਗਦਾ ਕਿ ਸਹੀ ਸੀਗਾ ਉਹ, ਠੀਕ ਸੀ, ਹੰਗਾਮਾ ਇੰਨਾ ਜ਼ਿਆਦਾ ਸੀ ਕਿ ਬਾਹਰ ਕੱਢਣਾ ਚਾਹੀਦਾ ਸੀ? ਦੇਖੋ ਇਹਦੇ 2 ਪਹਿਲੂ ਨੇ, ਪਹਿਲੀ ਗੱਲ ਤਾਂ ਜੋ ਸ਼ਬਦਾਵਲੀ ਵਰਤੀ ਗਈ ਉਹ ਮੰਦਭਾਗੀ ਸੀ, ਪਰ ਉਦੋਂ ਬਾਅਦ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਸ਼ਬਦਾਵਲੀ ਮਾੜੀ ਵਰਤੀ ਗਈ ਅਤੇ ਕੁਛ ਜਿਹੜੇ ਵਿਰੋਧੀ ਧਿਰ ਵਾਲਿਆਂ ਵੱਲੋਂ ਵੀ ਪਹਿਲਾਂ ਜਿਹੜੇ ਨੇ ਚਰਚਾ ਕਰਦੇ ਹੋਏ ਬਾਹਲੇ ਵਧੀਆ ਸ਼ਬਦ ਨਹੀਂ ਵਰਤੇ ਗਏ। ਅਤੇ ਸਪੀਕਰ ਸਾਹਿਬ ਨੂੰ ਐਕਸਪੈਂਚ ਕਰਾਤਾ ਅਤੇ ਚੰਨੀ ਸਾਹਿਬ ਨੂੰ ਵੱਡਾ ਦਿਲ ਦਿਖਾ ਕੇ, ਕਿਉਂਕਿ ਜੋ ਸੀ ਐੱਮ ਦਾ ਇੱਕ ਅਹੁਦਾ ਹੈ, ਚਾਹੇ ਮੈਂ ਸਮਝਦਾ ਐੱਮ ਐੱਲ ਏ ਕੁਛ ਬੋਲੇ ਜਾਂ ਕੋਈ ਮੰਤਰੀ ਕੁਛ ਬੋਲੇ ਉਹ ਗੱਲ ਦੀ ਉਨੇ ਮਾਇਨੇ ਨਹੀਂ ਜੋ ਮੁੱਖ ਮੰਤਰੀ ਦੇ ਜ਼ਬਾਨ ਚੋਂ ਕਹੀ ਗੱਲ ਦੇ ਇੱਕ ਅਹਿਮੀਅਤ ਹੈ। ਸੋ ਉਹਨਾਂ ਨੂੰ ਇਹ ਗਲਤੀ ਸੀ ਐੱਮ ਸਾਹਿਬ ਨੂੰ ਮੰਨਣੀ ਚਾਹੀਦੀ ਸੀ ਪਰ ਉਹਨੇ ਨਹੀਂ ਮੰਨੀ, ਜਿਹਦੇ ਵਿੱਚ
ਵਿਰੋਧ ਹੋਇਆ ਪਰ ਫਿਰ ਹਾਊਸ ਵੀ ਨਹੀਂ ਸੀ ਚੱਲ ਰਿਹਾ ਕਿਉਂਕਿ ਚਾਰ ਪੰਜ ਵਾਰੀ ਹਾਊਸ ਨੂੰ ਐਡਜੋਰਨ ਕਰਨਾ ਪਿਆ ਅਤੇ ਜਿਹੜਾ ਕੰਮ ਹੈ ਹਾਊਸ ਦਾ ਉਹ ਵੀ ਨਿਪਟਾਉਣਾ ਜ਼ਰੂਰੀ ਹੈ ਸੋ ਇਹਨੂੰ ਤੁਸੀਂ ਦੋਨੇ ਪੱਖਾਂ ਤੋਂ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਮੁੱਖ ਮੰਤਰੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਸ਼ਬਦਾਵਲੀ ਵਰਤੀ ਹੈ ਜੀ ਉਹਨਾਂ ਨੇ ਮੰਗ ਕੀਤੀ ਹੈ ਉੱਥੇ ਉਹਨਾਂ ਨੇ ਮੰਗ ਕੀਤੀ ਸੀ ਉੱਥੇ